हाँ जी गुड मॉर्निंग जी, आप आए गए हैं श्रीनगर ते हुण आप जा रहे हैं गुलमार्ग। पिछे श्रीनगर का मैं वीडियो नहीं बनाई है क्योंकि शहर ही सीगा सारा, उत्थे देखण नूं कुछ नहीं लगा सानू क्योंकि रास्ते सीगे। ते हुण आप आ गए हैं बाहर, वादियां शुरू हो गई हैं ते माहौल देखो तुसीं। ते ओ सामने पहाड़ आ जिथे आप जाना है, ओ देखो बाकी अपने नाल दे ओ अपने को अगे जा रहे एक गड्डी। असल दे विच जिहड़ी वीडियो सही वीडियो तो होनी शुरू होनी आ, कल वाली वीडियो विच तुहानू नजर ही कुछ नहीं आया, हुण नेरे च आए आ बस खिची लिया गड्डियां। ते आ इत्थे दीआं बसां देखो किद्दां दीआं, फोर व्हीलर जिहे बनाए आ जिहदा पाकिस्तान च नहीं हुंदियां। ते घर बड़े यूनीक जिहे इत्थे यार, जिद्दां ना यूरोप यूरूप च हुंदे आ मकान उद्दां दे लगे मैनूं, पिछे भी देखदा हुंदा पिया सी मैं देखण नूं रशिया मैं कहा यूक्रेन तां नहीं किते कही जांदे किते। ओ देखो घर किन्ने सोहणे सोहणे लगदे ना, कदों छत्तां किन्नी सोहणी लगदियां आ। ते आ साडी गड्डी वाले दा, अहीं चाह पीण नूं कही जांदे बार बार, छत्ती ढाबे कढ़ाते इन्हां ने, पता नहीं सानूं चाह कदों नसीब होणी आ। ते ओ हैगी आ मस्जिद, ਇਹ ਗੁਲਮਾਰਗ ਰੋਡ ਆ, ਆਪਾਂ ਮੇਰੇ ਖਿਆਲ ਨਾਲ ਹੁਣ ਅੱਗੇ ਚੜਾਈ ਸ਼ੁਰੂ ਹੋ ਜਾਣੀ ਆ ਗੁਲਮਾਰਗ ਦੀ। ਤੇ ਇੱਧਰ ਦੇਖੋ ਘਰ ਬਣੇ ਹੋਏ ਆ, ਕੰਸਟਰਕਸ਼ਨ ਦਾ ਕੰਮ ਬਹੁਤ ਚੱਲਦਾ। ਹਾਂ ਮਤਲਬ ਘਰ ਘੁਰ ਨਵੇਂ ਬਣੀ ਜਾਂਦੇ ਪਏ ਆ, ਹੌਲੀ ਹੌਲੀ ਜਿੱਦਾਂ ਨਾ ਕੰਮ ਇੱਥੇ ਵਧੀ ਜਾਂਦਾ ਆ। ਚਲੋ ਖੁਸ਼ਹਾਲੀ ਵਧੇ, ਖੁਸ਼ਹਾਲੀ ਆਵੇ। ਹਰੀ ਮਿਰਚ ਉਹ ਤੇ ਬਈ ਸ਼ਿਮਲਾ ਮਿਰਚ ਆਮਲੇਟ 'ਚ ਥੋੜ੍ਹੀ ਪੈਂਦੀ ਹੁੰਦੀ ਭਾਜੀ, जा के बनावांगे उपर आमलेट अपना ते नाल चाह, इसलिए समान सुन इकट्ठा कर लिए। चढ़ाई चढ़ गए आपां ਸੋ ਗੁਲਮਾਰਗ ਦੀ, ਤੇ ਬਾਈ ਵਾਕਈ ਕਹਿੰਦੇ ਵਿਊ ਦੇਖਣ ਵਾਲੇ ਇੱਥੇ, ਕਹਿੰਦੇ ਭੁੱਖ ਲੈਂਦੀ ਆ ਵਿਊ ਦੇਖ ਕੇ, ਵੈਸੇ ਭੁੱਖ ਤਾਂ ਲੱਗੀ ਆ। ਜਾ ਕੇ ਉੱਪਰ ਆਪਾਂ ਆਪਣਾ ਫੰਕਸ਼ਨ ਕਰਾਂਗੇ, ਆਮਲੇਟ ਵਗੈਰਾ ਬਣਾਵਾਂਗੇ, ਚਾਹ ਚੂ ਬਣਾਉਂਦੇ ਆ ਆਪਣੀ, ਲੈਂਦੇ ਆ ਨਜ਼ਾਰੇ ਤੇ ਤੁਹਾਨੂੰ ਵੀ ਦਵਾਉਂਦੇ ਆ। ਬਸ ਵੀਡੀਓ ਚ ਬਣੇ ਰਹੋ, ਹੁਣ ਤੁਹਾਨੂੰ ਅਸਲੀ ਨਜ਼ਾਰੇ ਦਿਖਾਵਾਂਗੇ। ਭਾਈ ਵਿਊ ਭਾਈ ਬਾਰ ਬਾਰ ਬਸ ਦਿਲ ਕਰਦਾ ਦੇਖੀ ਜਾਈਏ। 11 ਕਿਲੋਮੀਟਰ ਰਹਿ ਗਿਆ ਗੁਲਮਾਰਗ ਇਥੋਂ, ਮੈਨੂੰ ਲੱਗਦਾ ਨਹੀਂ ਬਰਫ ਬੁਰਫ ਪਰ ਹੋਊਗੀ। ਚਲੋ ਜੇ ਬਰਫ ਹੋਈ ਵੀ ਜਾਓ, ਜੋ ਵੀ ਹੋਇਆ ਤੁਹਾਨੂੰ ਦਿਖਾ ਦੇਣਾ ਆਪਾਂ ਸਾਰਾ। ਆਹ ਕਰੋ ਚੈੱਕ ਜਰਾ ਵਾਦੀ ਦੇਖੋ, ਇਹ ਘਾਟੀ ਆ ਦੇਖੋ, ਬੋਲਬੋ ਐਡੀ ਨੀਵੀਂ ਗੱਡੀ ਆਹੋ। ਆਪਾਂ ਐਵੇਂ ਕਹੀ ਜਾਂਦੇ ਕਿ ਸਵਿਫਟ ਜਾਣੀ ਨਹੀਂ ਜਾਣੀ ਨਹੀਂ, ਇੱਥੇ ਲੋਕੀ ਨੀਵੀਆਂ ਬੋਲਬੋ ਲਈ ਜਾਂਦੇ ਆ। ਤੇ ਮਰੂਤੀ ਦੀ ਰੀਸ ਨਹੀਂ ਨਾ ਕੋਈ, ਮਰੂਤੀ ਦੀ ਰੀਸ ਸਵਿਫਟ ਦੇ ਵਿੱਚ ਕਰਨੀ ਨਹੀਂ ਪਤਾ ਭਾਜੀ। ਆਹ ਸਵਿਟਜ਼ਰਲੈਂਡ ਲੱਗਦਾ ਮੈਨੂੰ ਜਿੱਦਾਂ ਨਾ ਭਾਜੀ, ਵਿਊ ਚੈੱਕ ਕਰਨ ਵਾਲੇ ਆ ਸਾਡੇ, ਇਹਦਾ ਅੱਖਾਂ ਹੀ ਅੱਡੀਆਂ ਰਹਿੰਦੀਆਂ ਪਈਆਂ ਦੇਖੀ ਦੇਖ ਦੇਖ ਕੇ, ਇੰਨੀ ਹਰਿਆਲੀ ਆ, ਉੱਤੋਂ ਸੜਕ ਇੰਨੀ ਸੋਹਣੀ ਆ, ਮਤਲਬ ਕਹਿ ਸਕਦੇ ਹੋ ਕਿ ਸਵਿਟਜ਼ਰਲੈਂਡ ਵਾਲੀ ਫੀਲ ਆਉਂਦੀ ਪਈ, ਜਿਹੜਾ ਸਵਿਟਜ਼ਰਲੈਂਡ ਨਹੀਂ ਹੁੰਦਾ। ਤੇ ਆ ਬਿਲਕੁਲ ਰਾਈਟ ਕੈਂਪਿੰਗ ਕਰਾਂਗੇ ਇੱਥੇ ਆਪਾਂ, ਹੁਣ ਆਫ ਰੋਡਿੰਗ ਪਾਈ ਲਿਆ ਗੱਡੀ, ਤੇ ਬਾਕੀ ਤੁਹਾਨੂੰ ਹੁਣ ਦਿਖਾਉਂਦੇ ਹਾਂ। ਦੇਖੋ ਤੁਸੀਂ ਚੈੱਕ ਕਰੋ ਇੱਕ ਵਾਰੀ, ਉਥੋਂ ਤਾਂ ਸਵਿਫਟ ਸਾਡੀ ਆ ਗਈ ਉੱਪਰ, ਤੇ ਨਾਲ ਦੇ ਸਾਡੇ ਚੱਲ ਗਏ ਆ ਉੱਪਰ ਉਧਰ, ਤੇ ਉੱਥੇ ਆਪਣੀ ਗੱਡੀ ਨਹੀਂ ਜਾਣੀ, ਇਸ ਕਰਕੇ ਆਪਾਂ ਉੱਥੇ ਤੁਰ ਕੇ ਜਾਵਾਂਗੇ।
ਥਾਰ ਆ ਰਹੀ ਆਪਣੀ ਆਫ ਰੋਡਿੰਗ ਕਰਦੀ ਥੱਲੇ ਜਾਊਗੀ ਇਹ 'ਚ ਚੱਕਣਾ ਸਮਾਨ ਸਮਾਨ ਚੱਕ ਕੇ ਫਿਰ ਉੱਪਰ ਜਾਣਾ ਵਾਪਸ ਅਸੀਂ ਆਹ ਆਪਣੀ ਖੜੀ ਆ ਸਵਿਫਟ ਕੱਟ ਇਹ ਵੀ ਨਹੀਂ ਹੈਗੀ ਪਰ ਇਹ ਉੱਥੇ ਨਹੀਂ ਜਾਣੀ ਇਹ ਜਾਣੀ ਆ ਇਹ ਆਪਣੇ ਪਨੇਸਰ ਭਾਅ ਜੀ ਤੁਸੀਂ ਜਾਣਦੇ ਹੋਵੋਗੇ ਲੈ ਵੀ ਸਾਹ ਚੜ੍ਹ ਕੇ ਉੱਪਰ ਆਉਂਦਿਆਂ ਨੂੰ ਅਤੇ ਗੱਡੀ 'ਚ ਸਮਾਨ ਰੱਖ ਦਿੱਤਾ ਅਤੇ ਹੁਣ ਗੱਡੀ ਸਮਾਨ ਲੈ ਕੇ ਆਊਗੀ ਸਾਰਾ ਉੱਪਰ ਆਪਣੇ ਹੱਥ ਖੜ੍ਹ ਗਏ ਆ ਲੈ ਵੀ ਮੈਨੂੰ 4x4 ਲਾਤਾ ਲੈ ਵੀ ਲੈ ਆਰਾਮ ਨਾਲ ਆਈ ਜਾਂਦੀ ਹੈ ਕੋਈ ਚੱਕਰ ਹੀ ਨਹੀਂ ਗੱਡੀ ਨੂੰ ਉਸਤਾਦ ਨੇ ਗੇਅਰ ਵੱਡਾ ਰੱਖਿਆ ਆ ਹਾਈ ਚਲਾ ਹਾਈ ਉਹ 4x4 ਹਾਈ ਲਾਉਣਾ ਸੀ ਉਹਨੇ ਕਹਿਣਾ ਚੜ੍ਹ ਗਈ ਚੜ੍ਹ ਗਈ ਉਹ 4x4 ਲੋਹ ਲਾ ਹਨਾ ਆਹ ਫਾਇਦਾ ਆ ਜੀਪਾਂ ਦਾ ਸਾਹਣੇ ਹੀ ਆ ਝੋਟੀਆਂ ਹੀ ਆ ਇਹ ਚੈੱਕ ਕਰੋ ਜੀ ਸਾਹਮਣੇ ਬਰਫ਼ ਦੇ ਪਹਾੜ ਆ ਅਤੇ ਥੱਲੇ ਖਾਈ ਉਹ ਇੱਕ ਫੈਮਿਲੀ ਆਈ ਹੋਈ ਆ ਅਤੇ ਅਸੀਂ ਚੜ੍ਹ ਰਹੇ ਉੱਪਰ ਆਹ ਸੱਤਾ ਭਾਈ ਦਾ ਲੱਤਾਂ ਉੱਤੋਂ ਸਭ ਠੀਕ ਹੋ ਗਈਆਂ ਆ ਇਹ ਜਦੋਂ ਪਿੰਡੋਂ ਤੁਰੇ ਸੀ ਕਹਿੰਦੇ ਮੇਰੇ ਗੋਡੇ ਰੁੱਕ ਗਏ ਗੋਡਿਆਂ ਦੀ ਗਰੀਸ ਚੜ੍ਹ ਗਈ ਦੁਬਾਰਾ ਨਹੀਂ ਭਾਅ ਜੀ ਲਓ ਜੀ ਸਮਾਨ ਹੈਗਾ ਗੱਡੀ 'ਚ ਸਾਨੂੰ ਫਿਰ ਥੱਲੇ ਜਾਣਾ ਪੈਣਾ ਹੁਣ ਉਹ ਜਨਾਬ ਜੀ ਸਮਾਨ ਤਾਂ ਲੈ ਆਈਏ ਜਿਹੜਾ ਖਾਣਾ ਆ ਆਪਾਂ ਲੈ ਵੀ ਟੈਂਟ ਨਾਲ ਪੰਗੇ ਲੈਂਦੇ ਹੋਏ ਆ ਸਾਡਾ ਕੁੱਕ ਅਸੀਂ ਕੁੱਕ ਫੜ ਕੇ ਲਿਆਣਾ ਸਪੈਸ਼ਲ ਇਹ ਆਂਡੇ ਦੀ ਆਮਲੇਟ ਬਣਾਊਗਾ ਪੱਖੇ ਵਾਲਾ ਗੈਸ ਇੱਕ ਕਿੰਨੇ ਆਂਡੇ ਦੀ ਬਣਾਊਗਾ ਵੀ ਉਹ ਤੁਹਾਡਾ ਵਾਲਾ ਹੋਏ ਸਾਰੇ ਕੱਪੜੇ ਨਾਲ ਸਾਲਣੀ ਕਦੇ ਮੂੰਹ ਤੇ ਨਾ ਲਾਏ ਭੈਣ ਚਤਲੀ ਜੀ ਪਈ ਆ ਲਓ ਜੀ ਆਹ ਸਾਡਾ ਸਮਾਨ ਸਾਰਾ ਪਿਆ ਜੋ ਵਿੱਚ ਖਾਣ ਪੀਣ ਲਟਰਮ ਪਟਰਮ ਬਈ ਲਾਗਾ ਲੁਗਾ ਲੱਗਾ ਤੇ ਲੱਗਾ ਉਹ ਚਲ ਗਿਆ ਬਈ ਰੋਬੀ ਰੋਬੀ ਨਹੀਂ ਚਾਹਨੀ ਮੈਨੂੰ ਲੱਗਦਾ ਨੀ ਇਹ ਨੀ ਚਾਹਨੀ ਫਰੰਟ ਵੀਲ ਹੀ ਇਹ ਭਾਜੀ ਉਹਦੀ ਫਰੰਟ ਵੀਲ ਵੀ ਆ ਤੇ ਪੂਰੀ ਸਟਰੋਂਗ ਹੀ ਕਰਦੇ ਇੱਕ ਮਿੰਟ ਕਾਫੀ ਦੀ ਤਿਆਰੀ ਹੋ ਰਹੀ ਹੈ ਗੈਸ ਚੱਲਦੀ ਥੱਲੇ ਹਾਂਜੀ ਬਸ ਸੇਕਾ ਬਥੇਰਾ ਇਹਦਾ ਹੁੰਦਾ ਅਤੇ ਉਹ ਆਇਆ ਟੂਰਿਸਟ ਕਹਿੰਦੇ ਗੱਡੀਆਂ ਉੱਪਰ ਚੜ੍ਹਾਉਣੀਆਂ ਇੱਥੇ ਰਹਿ ਗਈ ਇਹਨਾਂ ਦੀਆਂ ਗੱਡੀਆਂ ਥੱਲੇ ਨਹੀਂ ਚੜ੍ਹਦੀਆਂ ਨਾ ਪੰਗੇ ਲਾ ਮਿੱਠਾ ਕੌਣ ਪੀਂਦਾ ਜ਼ਿਆਦਾ ਉੱਧਰ ਵੀ ਮਿੱਠਾ ਥੋੜ੍ਹਾ ਹੀ ਪੀਂਦਾ ਇਹ ਨਹੀਂ ਕੋਈ ਨਾ ਉੱਧਰ ਵੀ 4x4 ਲਗਾ ਉਹਦੇ ਨਾਟ ਗਿਆ ਪੰਜਾਬ ਪੁਲਿਸ ਜਿਹੜਾ ਧੱਕੇ ਚੜ੍ਹ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਜਿਹਦੀ ਰਾਤ ਇੱਥੇ ਗੁਜ਼ਾਰਨੀ ਆਪਾਂ ਪੰਜਾਂ ਬੰਦਿਆਂ ਨੇ ਇੱਧਰ ਨਾ ਪਿੱਛੇ ਵੀਡੀਓ ਬਣਾ ਦੀ ਹੁਣ ਸਬਜ਼ੀ ਲਟਰਮ ਪਟਰਮ ਸਾਰਾ ਹੈ ਕਾਰਨ ਕਰਕੇ ਸਾਨੂੰ ਉੱਥੋਂ ਸਾਨੂੰ ਸ਼ਿਫਟ ਹੋਣਾ ਪੈ ਗਿਆ ਅਸੀਂ ਆਪਣਾ ਐਡਰੈਸ ਬਦਲ ਲਿਆ ਆ ਅਤੇ ਅਸੀਂ ਚੱਲ ਗਏ ਹੁਣ ਇੱਧਰ ਹਾਂ ਪਹਿਲਾਂ ਵੈਸਟ ਵਿੱਚ ਸੀਗੇ ਹੁਣ ਨੌਰਥ ਚੱਲ ਗਏ ਹਾਂ ਅਤੇ ਥੋੜ੍ਹੇ ਜਿਹਾ ਨੂੰ ਨੌਰਥ ਈਸਟ ਵਿੱਚ ਚੱਲ ਜਾਣਾ ਸੀ ਜਿਹੜੇ ਹਿਸਾਬ ਨਾਲ ਸਾਡੀ ਸਲਾਹਾਂ ਬਦਲਦੀ ਆ ਅਤੇ ਚੱਕ ਲਓ ਸਮਾਨ ਹੁਣ ਇਕੱਠਾ ਕਰ ਲਓ ਚੱਲੀਏ ਇਹਦੀ ਕਾਫੀ ਬਣ ਰਹੀ ਉਹ ਫਿਰ ਜ਼ਿਆਦਾ ਹੋ ਜਾਂਦਾ ਨਾ ਕਾਂਵਾਂ ਰੋਲੀ ਪਾਈ ਆ
ਉਹਦਾ ਕਾਰਨ ਹੈ ਕਿ ਇਹਨਾਂ ਦਾ ਬੱਚਾ ਇੱਥੇ ਡਿੱਗਿਆ ਪਿਆ। ਆਪਾਂ ਇਹਨੂੰ ਕੁਛ ਨਹੀਂ ਕਹਿਣਾ ਭਰਾਵਾ, ਸਾਨੂੰ ਵੀ ਤਾਂ ਕੁਛ ਨਾ ਕਹਿਣਾ। ਉਹਦੇ ਉਹਦੇ ਲਓ ਜੀ, ਕੌਫੀ ਸਾਡੀ ਤਿਆਰ ਹੋ ਚੁੱਕੀ ਆ। ਆ ਲੈ ਭਾਜੀ ਪਲੇਟ ਰੱਖ ਦਿਓ। ਹਾਂਜੀ, ਬਾਕੀ ਬੱਸ ਹੋ ਗਈ ਭਰਾਵਾ ਇੱਥੇ ਚੜ੍ਹ ਚੜ੍ਹ ਕੇ, ਹਾਈਟ 'ਤੇ ਬਹੁਤ ਅਸੀਂ। ਉਹ ਸਾਡਾ ਮਗਰ ਹੈ ਗਿਆ ਕੈਂਪ। ਹਾਂ ਨਹੀਂ ਭਾਈ ਹਟਦਾ ਫੋਟੋਆਂ ਤੋਂ। ਕੌਫੀ ਬਣ ਕੇ ਹੋ ਗਈ ਰੈਡੀ, ਆ ਉਹਨਾਂ ਨੂੰ ਦਿਓ ਅੰਦਰ ਵਾਲੇ ਭਾਜੀ ਨੂੰ। ਅਤੇ ਇਸ ਭਾਜੀ ਦਾ ਬਹੁਤ ਬਹੁਤ ਧੰਨਵਾਦ ਜਿਹਨੇ ਸਾਨੂੰ ਕੌਫੀ ਰਿਸੀਵ ਕਰਾਈ, ਜਤਿੰਦਰ ਭਾਜੀ ਸਾਡੇ। ਅਤੇ ਇੱਕ ਭਾਈ ਸਾਡੇ ਪੰਜਾਬ ਪੁਲਿਸ ਤੋਂ ਜਿਹੜੇ ਸਾਡੇ ਲਈ ਖਾਣਾ ਤਿਆਰ ਕਰ ਰਹੇ ਆ, ਉਹ ਤੁਹਾਨੂੰ ਦਿਖਾਉਂਦੇ ਅੰਦਰ। ਉਹ ਦੇਖੋ ਕਿੱਦਾਂ ਸ਼ਿੱਦਤ ਨਾਲ ਲੱਗੇ ਹੋਏ ਅੰਦਰ, ਤੇ ਅਸੀਂ ਵਿਹਲੇ ਤੁਰੇ ਫਿਰਦੇ ਆ, ਚਾਹ ਪੀਣ ਡੇ, ਫੋਟੋਆਂ ਕਰਨ ਡੇ ਆ। ਸੋ ਬਹੁਤ ਸਾਰਾ ਮਾਣ ਇਹਨਾਂ ਤੇ ਸਾਨੂੰ ਆਇਆ ਅੱਜ। ਇੱਧਰ ਆ ਵੀ ਭੀਮ ਹੁਣੀ ਪੁੱਠੇ ਕੀਤੇ ਆ, ਭੀਮ ਹੁਣੀ ਸਿੱਧੇ ਕਰਦੇ ਭਾਜੀ, ਕਰਦੇ ਸਿੱਧੇ ਕਰਾਂ, ਸਿੱਧੇ ਕਰਦੇ। ਬੱਚੇ ਵੀ ਦੇਖਦੇ ਆ ਮੇਰਾ ਵਲੌਗ। ਲਓ ਜੀ ਛੋਟਾ ਭੀਮ, ਹੁਣ ਦੇਖੋ ਉਸਕੇ ਆਗੇ। ਅੱਜ ਕੱਲ ਇਹਨਾਂ ਨੇ ਨਾ ਸਟੋਵ ਦੇ ਦਿਆ ਹੈ, ਪੋਰਟੇਬਲ ਸਟੋਵ ਹੈ, ਜੇ ਕੈਂਪਿੰਗ ਲਈ ਬੈਸਟ ਹੈ, ਜੋ ਟਰੈਵਲ ਕਰਦੇ ਨਾ ਬਾਈਕ ਪਰ ਕਰ। ਹਾਂ ਟਰੈਵਲ ਕੇ ਲਈ ਬੈਸਟ ਹੈ ਜੀ। ਤੋ ਇਹ ਮਤਲਬ ਇੱਕ ਦਿਨ ਫੁੱਲ ਚੱਲ ਜਾਂਦਾ ਹੈ ਜੈਸੇ ਮਰਜ਼ੀ, ਕਿਉਂਕਿ ਭਾਰਤ ਮੇ ਨਾ ਅਭੀ ਜੇ ਟਰੈਵਲਿੰਗ ਕਾ ਜੋ ਨਾ ਉਹ ਕ੍ਰੇਜ਼ ਵਧ ਰਹਾ ਹੈ, ਪਹਿਲੇ ਨਹੀਂ ਤਾਂ। ਮੈਂ ਆਪਕੋ ਫੋਟੋ ਦੇ ਦੋ ਜੀ, ਇਹ ਦੇਖੋ ਆ ਤਾਂ ਕੇ ਆ ਪੰਜਾਬ ਸੇ ਜਲੰਧਰ ਸੇ ਬਣਾ ਆਇਆ ਇਸ ਤੇ ਥੋੜਾ ਜਿਹਾ। ਆਪ ਲੋਕਲ ਹੀ ਹੋ ਨਾ? ਹਾਂ 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 ਸਾਨੂੰ ਸਰ ਮਿਲੇ ਆ ਇੱਥੇ ਫੋਰੈਸਟ ਡਿਪਾਰਟਮੈਂਟ ਵਿੱਚ ਜੋਬ ਕਰਦੇ ਆ, ਬਹੁਤ ਹੀ ਨਾਈਸ ਆ। ਹਾਂ ਕੈਸੇ हमारे माइनिंग में स्टेक होल्डिंग डिपार्टमेंट, पता नहीं सानू इसमें फॉरेस्ट है, माइनिंग है, इरिगेशन है, फ्लड कंट्रोल, ये हर जगह है। मेरा ना एक फ्रेंड है वो काजीगुंड है, मे बी वो प्राइवेट में है फॉरेस्ट में, वो जब सर्दियों में वहाँ पंजाब आता है। ਤੁਸੀਂ ਇੱਕ ਦੂਜੇ ਦੇ ਪੂੜੇ ਨਾ ਬਣਾ ਲਓ। ਟੱਕ ਟੱਕ ਫਰਾਈ ਪੈਨ, ਵਾਹ ਕੀ ਬਾਤ ਹੈ, ਦਸਾਂ ਵਿੱਚੋਂ 10 ਨੰਬਰ। ਫਿਰ ਭਾਜੀ ਬਣਾਇਆ ਕਿਹਨੇ ਆ, ਜਿਹਨੂੰ ਹੈਲਪਰ ਕਹਿੰਦਾ ਸੀ? ਆ ਭਾਜੀ ਨੂੰ ਉਹ ਭਾਜੀ ਨੇ ਬੁਲਾਇਆ। ਮੈਂ ਭਾਜੀ ਦੀ ਵੀਡੀਓ ਤੁਹਾਡੇ ਵਿੱਚ ਨਹੀਂ ਲੈ ਕੇ ਜਾ ਸਕਦਾ ਕਿਸੇ ਕਾਰਨ ਕਰਕੇ, ਉਹਨੂੰ ਕਟਿੰਗ ਕਰਨੀ ਪਊਗੀ। ਬਾਈ ਖਾ ਪੀ ਲਈਏ ਠੀਕ ਆ, ਅਤੇ ਇੱਥੇ ਲਾਇਆ ਸੀ ਆਪਾਂ ਕੈਂਪ, ਗੰਦ ਨਹੀਂ ਪਾਇਆ ਆਪਾਂ, ਸਮਾਨ ਸਮੂਨ ਨਾਲ ਹੀ ਚੱਕ ਲਿਆ ਸਰ, ਅਤੇ ਆਪਾਂ ਇਕੱਠਾ ਕਰ ਲਿਆ ਕੈਂਪ ਆਪਣਾ। ਹੁਣ ਚਲੋ ਚੱਲੀਏ ਥੱਲੇ ਨੂੰ। ਅਤੇ ਇੱਕ ਗੱਲ ਹੋਰ, ਜਿਹੜਾ ਰਸਤਾ ਬਣਾਇਆ ਹੁੰਦਾ ਨਾ ਉਸੇ ਰਸਤੇ 'ਚ ਆਇਆ ਕਰੋ, ਮੇਰੇ ਵਾਂਗੂ ਪੁੱਠੇ ਪੰਗੇ ਨਾ ਲਓ। ਮੈਂ ਤੁਹਾਨੂੰ ਦੱਸਦਾ ਮੈਂ ਗਲਤੀ ਕੀਤੀ ਇੱਕ, ਮੈਂ ਸ਼ਾਰਟਕੱਟ ਮੰਗਾਇਆ ਇੱਥੋਂ ਉਤਰ ਗਿਆ ਸਿੱਧਾ ਹੀ। ਅਤੇ ਜੀ ਭਾਈ ਸਾਹਿਬ ਮੈਂ ਉਹ ਪਹਿਲੇ ਡੰਨ ਤੋਂ ਲੈ ਕੇ ਨਾ ਇੱਥੋਂ ਲੈ ਕੇ ਰੁੜਦਾ ਗਿਆ ਉਹ ਤੱਕ ਜਿੱਥੇ ਤਾਰਾ ਲੱਗਿਆ ਥੱਲੇ, ਅਤੇ ਤੁਸੀਂ ਇਹ ਗਲਤੀ ਨਾ ਕਰਿਓ, ਸਿੱਧੇ ਰਾਹੀਂ ਜਾਇਆ ਕਰੋ। ਉਹ ਗੁਲਮਾਰਗ ਉੱਥੇ ਜਾਣਾ ਆਪਾਂ, ਕਿਤੇ ਕਿਆ ਗਹਿਣਾ ਹੀ ਹੈ ਜੀ। ਆਉਂਦੀ ਸਵਿਫਟ ਆਪਣੀ ਉੱਪਰ ਆਫ ਰੋਡਿੰਗ ਕਰਦੀ। ਅਤੇ ਥਾਰ ਵੀ ਆ ਗਈ ਆ ਆਰਾਮ ਨਾਲ ਥੱਲੇ, ਹੁਣ ਆਪਾਂ ਜਾਵਾਂਗੇ ਗੁਲਮਾਰਗ। ਚੈੱਕ ਕਰੋ ਮਾੜਾ ਜਿਹਾ ਕਰੀ ਲੋਕੇਸ਼ਨ,
देखो पंगे लैन दिया 4x4 ला के हटता नहीं ओ हुण कहिंदा उपर जाण नहीं गड्डी उधर हां चलदी आ कर पिछे ला जा पिछे नहीं भी चल भाजी चल ओ टोचन पाइए ਲਾਵੀ ਸਾਡੀ ਥਾਰ ਖੁੱਭ ਗਈ ਆ ਤੇ ਫੌਜੀ ਬੁਲਾ ਲਏ ਅਸੀਂ ਚੱਲ 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 ਨਿਕਲ ਗਈ ਨਿਕਲ ਗਈ प्यारी जी कार भी आती पी है ऑफ रोडिंग चक्कर च वेरी गुड जी कैंपिंग की सफलता पूर्वक तो बाद आप हम चले हैं गुलमार्ग न बड़ा इंजॉय किया भुर्जी बनाई आमलेट खाधा कॉफी पीती कानू भी खवाया कान का बच्चा डिगे पे उत्थे व्यू भी देखा इतने लोकल ना भी गल की वधिया लगा चलो हम तो चले गुलमार्ग एक रोड चेक कर लो दोबारा शाम का वेला है हम कि क्या सुहाना मौसम चलिया पाया ठीक है चलो बाकी जिथे इतने वधिया चीज आऊगी तुहानू दिखाई जावांगे किलोमीटर लोग हम उतरते आते हैं पर हम असी उपर जा रहे हैं थले कैंपिंग की बहुत टाइम कर लाता ही चलो वो टाइम बहुत वधिया स्पेंड होया साडा आओ यार इंजॉय करो इतने कोई इदा चक्कर नहीं है तुसी बस अपना इंजॉय करो तो इंजॉय करके मुड़ जाओ किसी ने पंगा लोगे तो अगले तेजे समझ गए तुसी ना चुप करके अपना इंजॉयमेंट करो बाकी कोई इदा चक्कर नहीं अपनी इंडियन आर्मी पूरी अपने नाल खड़ी है डरन की लोड़ नहीं आओ ओ यार पाजी व्यू देखो ओ देखो थले टोटा बी वाह जी वाह भाई आप उथे कैंपिंग की बच्चा देखो कितने खड़ा भाजी इतने ऐ देखता कोई ओ भाजी देखो व्यू मोहरे ओहो हो कहना ही है